ਜਾਨਵਰ ਦਾ ਪੇਸ਼ਾ ਪ੍ਰੇਰਿਤ ਕਰ ਸਕਦੇ ਹੋ। ਫਿਰ ਦੂਸਰਾ ਜਿਹੜਾ ਆਪਸ਼ਨ ਹੈਗਾ ਤੁਸੀਂ ਮੇਲ ਲਾਉਣਾ ਹੋਊਗੀ ਤਾਂ ਮੇਲ ਦੇ ਵੀ ਡਾਇਰੈਕਟਲੀ ਡਾਟਾ ਸ਼ੇਅਰ ਡਾਟਾ ਕੀ ਮਿਲਣਾ ਜੋ ਆਪਾਂ ਲੈ ਕੇ ਗਏ ਤੇ ਵਰਕ ਕਰ ਰਿਹਾ ਹੈ ਨਾ। ਇੱਕ ਹੈਗਾ ਵਿੱਚ ਇਸ ਡਾਟੇ ਨੂੰ ਸ਼ੇਅਰ ਕਰਨਾ ਹੋਵੇ ਤਾਂ ਕਿਵੇਂ ਕਰ ਸਕਦੇ ਹਾਂ ਆਪਾਂ ਕਿਊ ਆਰ ਕੋਡ ਜਨਰੇਟ ਕਰਕੇ ਇਹ ਕਿਊ ਆਰ ਕੋਡ ਭੇਜਤਾ ਜਿਹਦੇ ਕੋਲ ਭੇਜਣ ਉੱਥੇ ਜੇ ਉਹਨੇ ਕਿਊ ਆਰ ਸਕੈਨ ਕਰ ਲਓਗੇ ਤਾਂ ਇਹ ਵਾਲਾ ਸਾਰਾ ਸਕਰੀਨ ਖੁੱਲ ਜਾਏਗੀ ਸਾਡੇ ਫੋਨ ਦੇ ਉੱਪਰ ਤੇ ਫੋਨ ਦੇ ਉੱਪਰ ਆਪਾਂ ਨੂੰ ਰੀਡ ਕਰ ਸਕਦੇ ਹਾਂ। ਇਸ ਤੋਂ ਇਲਾਵਾ ਨੈਕਸਟ ਆਪਸ਼ਨ ਹੈਗਾ ਡਾਟਾ ਦੀ ਇਹਦੀ ਸਕਰੀਨ ਰਿਕਾਰਡਿੰਗ ਆਪਾਂ ਇਸਦੀ ਸਕਰੀਨ ਨੂੰ ਰਿਕਾਰਡ ਕਰ ਸਕਦੇ ਹਾਂ ਜੋ ਵੀ ਵਰਕ ਕਰਾਂਗੇ ਇਹ ਰਿਕਾਰਡਿੰਗ ਨੂੰ ਪੈ ਰਿਕਾਰਡ ਹੁੰਦਾ ਰਹੂਗਾ ਸਾਰੀ ਸਾਰੀ ਸਕਰੀਨ ਅੰਦਰ ਵਾਲੀ ਆਡੀਓ ਵੀ ਰਿਕਾਰਡ ਹੋਊਗੀ ਬਾਹਰ ਵਾਲੀ ਆਡੀਓ ਲਈ ਤੁਸੀਂ ਕਰਨਾ ਚਾਹੁੰਦਾ ਲੈਕਚਰ ਰਿਕਾਰਡ ਤਾਂ ਮਾਈਕ ਵਾਇਰਲੈਸ ਲਗਾ ਦਿਓ ਲੈਕਚਰ ਔਰ ਇਸ ਨੂੰ ਤੁਸੀਂ ਡਾਟਾ ਨੂੰ ਚੈੱਕ ਕਰੋ ਜੇ ਪਾ ਦਿਓ ਚਾਹੇ ਯੂਟਿਊਬ 'ਤੇ ਪਾ ਦਿਓ ਪੇਰੈਂਟਸ ਦੇ ਘਰ ਭੇਜ ਦਿਓ ਬੱਚਿਆਂ ਨੂੰ ਜਿਹੜਾ ਵੀ ਲੈਕਚਰ ਰਿਕਾਰਡ ਹੋਇਆ ਉਸ ਨੂੰ ਕਿਤੇ ਮਰਜ਼ੀ ਭੇਜ ਸਕਦੇ ਈਵਨ ਕਿ ਟੀਚਰ ਨੂੰ ਚੈੱਕ ਕਰਨਾ ਹੈ ਤਾਂ ਵੀ ਤੁਸੀਂ ਚੈੱਕ ਕਰ ਸਕਦੇ। ਅੱਗੇ ਆ ਗਿਆ ਸਾਡੇ ਕੋਲ ਇਹਦਾ ਥੀਮ ਚੇਂਜ ਕਰ ਸਕਦੇ ਹਾਂ ਕੀ ਮਤਲਬ ਇਹਦੀ ਬੈਕਗ੍ਰਾਉਂਡ ਚੇਂਜ ਕਰਨੀ ਹੈ ਉਸੇ ਪਤਾ ਚੱਲਣਾ ਐਂਟੀਕਰ ਟਾਈਪ ਡੇਲੀ ਨਵਾਂ ਕਰਨਾ ਨਵਾਂ ਟਾਈਪ ਟੈਂਪਲੇਟਸ ਲਾਈਨ ਚਾਹੀਦੀਆਂ ਨੇ ਹੋਰ ਲਾਈਨ ਚਾਹੀਦੀਆਂ ਨੇ ਕੁਛ ਵੀ ਅਜੀਬ ਚਾਹੀਦੀ ਆਪਣਾ ਹੋਰ ਵੀ ਬਣਾ ਸਕਦੇ ਹਾਂ ਦੈਨ ਸਾਡੇ ਕੋਲ ਪੈਨ ਵਰਕ ਕਰਦਾ ਪੈਨ ਦੇ ਵਿੱਚ ਦੇਖੋ ਇਹ ਆ ਗਈ ਦੀ ਥਿਕਨੈਸ ਆਪਾਂ ਜਿੰਨੀ ਕਰਨੀ ਚਾਹੀਏ ਕਲਰਸ